ਕਿਸਾਨ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਪੀਐਮ ਕੁਸ਼ਮ ਸਕੀਮ ਦੇ ਬਾਰੇ ਗੱਲ ਕਰਦੇ ਆਂ ਕਿਉਂਕਿ ਪੰਜਾਬ ਦੇ ਵਿੱਚ 27 April 2022 ਤੋਂ 810 ਸੋਲਰ ਪੰਪਸ ਤੇ ਐਪਲੀਕੇਸ਼ਨ ਆਨਲਾਈਨ ਭਰੀਆਂ ਜਾਣੀਆਂ ਸ਼ੁਰੂ ਹੋ ਗਈਆਂ। ਠੀਕ ਹੈ ਜੀ। ਪੀਐਮ ਕੁਸ਼ਮ ਸਕੀਮ ਦੇ ਬੀ ਕੰਪੋਨੈਂਟ ਅਧੀਨ ਪੰਜਾਬ ਸਰਕਾਰ ਨੇ 810 ਸੋਲਰ ਪੰਪ ਚਾਹੇ ਮੋਨੋਬਲਾਕ ਹੋਵੇ ਚਾਹੇ ਸਮਰਸੀਬਲ ਉਹਦੇ ਵਾਸਤੇ ਆਨਲਾਈਨ ਐਪਲੀਕੇਸ਼ਨ ਮੰਗੀਆਂ ਹੈ। ਠੀਕ ਹੈ ਸ਼ੁਰੂਆਤ ਤੁਸੀਂ ਫਾਰਮ ਭਰਨੇ ਸ਼ੁਰੂ ਹੋ ਜਾਣਗੇ 27 April 2022 ਤੋਂ ਤੇ ਜਦੋਂ ਲੜਿੰਦੀ ਮਾਤਰਾ ਚ ਐਪਲੀਕੇਸ਼ਨ ਭਰਗੇ ਉਸ ਸਮੇਂ ਜਾਂ 4 May 2022 ਜਿਹੜੀ ਚ ਪਹਿਲਾਂ ਹੋਊਗੀ ਐਪਲੀਕੇਸ਼ਨਾਂ ਆਨਲਾਈਨ ਭਰਨੀਆਂ ਬੰਦ ਹੋ ਜਾਣਗੀਆਂ ਠੀਕ ਹੈ ਜੀ ਆਮ ਸ਼੍ਰੇਣੀਆਂ ਵਾਸਤੇ 60% ਸਬਸਿਡੀ ਹੈ ਅਨੁਸੂਚਿਤ ਜਾਤੀ ਦੇ ਲਈ 80% ਤੱਕ ਸਬਸਿਡੀ ਹੈ ਪਹਿਲਾ ਆਓ ਪਹਿਲਾ ਪਾਓ ਦੇ ਆਧਾਰ ਤੇ ਜਿਹੜਾ ਹੈਗਾ ਇਹਦੇ ਵਿੱਚ ਆਪਾਂ ਨੂੰ ਜਿਹੜਾ ਹੈਗਾ ਐਪਲੀਕੇਸ਼ਨ ਦਾ ਸਿਲੈਕਸ਼ਨ ਹੋਏਗਾ ਤੇ ਉਸੇ ਆਧਾਰ ਤੇ ਹੀ ਕਿਸਾਨਾਂ ਨੂੰ ਜਿਹੜੇ ਹੈਗੇ ਕਨੈਕਸ਼ਨ ਜਾਰੀ ਕੀਤੇ ਜਾਣਗੇ ਦੋਸਤੋ ਇੱਕ ਚੀਜ਼ ਦਾ ਧਿਆਨ ਰੱਖਿਓ ਜੋ ਕਿ ਇਸ ਸਕੀਮ ਦਾ ਫਾਇਦਾ ਉਹੀ ਪਰਿਵਾਰ ਉਠਾ ਸਕਦੇ ਐ ਜਿਹੜੇ ਪਰਿਵਾਰਾਂ ਦੇ ਘਰ ਦੇ ਮੈਂਬਰਾਂ ਦੇ ਨਾਮ ਤੇ ਕਿਸੇ ਦੇ ਪੀਐਸਪੀਸੀਐਲ ਦਾ ਬਿਜਲੀ ਦਾ ਕੋਈ ਕਨੈਕਸ਼ਨ ਪਹਿਲਾਂ ਨਹੀਂ ਹੈਗਾ ਠੀਕ ਹੈ ਬਾਕੀ ਇਸ ਸਕੀਮ ਦੇ ਵਿੱਚ ਇੱਕ ਪ੍ਰਮੁੱਖ ਚੀਜ਼ ਹੈ ਕਿ 33 ਸੁਰੱਖਿਅਤ ਬਲਾਕ ਮਤਲਬ ਕਿ ਜੇ ਤੁਸੀਂ ਹੁਣ ਗੱਲ ਕਰੋਗੇ ਤਾਂ ਆਪਾਂ ਜਲਦੀ ਜਲਦੀ ਨਾਮ ਲੈ ਲਈਏ ਜਿਵੇਂ ਬਠਿੰਡਾ ਸੰਗਤ ਰਾਮਪੁਰਾ ਤਲਵੰਡੀ ਸਾਬੋ ਫਾਜ਼ਿਲਕਾ ਦਾ ਹਬੌਰ ਖੁਈਆਂ ਸਰਵਰ ਤੇ ਫਾਜ਼ਿਲਕਾ ਸ਼੍ਰੀ ਮੁਕਸਤ ਸਾਹਿਬ ਦਾ ਗਿੱਦੜਬਾ ਲੰਬੀ ਮਲੋੜ ਸ਼੍ਰੀ ਮੁਕਸਤ ਸਾਹਿਬ ਗੁਰਦਾਸਪੁਰ ਦਾ ਦੇ ਰਾਂਗਲਾ ਦੀਨਾ ਨਗਰ ਗੁਰਦਾਸਪੁਰ ਕਾਦੀਆਂ ਅਤੇ ਸ਼੍ਰੀ ਹਰਗੋਬਿੰਦਪੁਰ ਪਠਾਨਕੋਟ ਦਾ ਧਾਰਕਲਾਂ ਪਠਾਨਕੋਟ ਸਜਾਨਪੁਰ ਬਮਿਆਲ ਕਰੋਟਾ ਤੇ ਨਰੋੜ ਜੈਮਲ ਸਿੰਘ ਹੁਸ਼ਿਆਰਪੁਰ ਦਾ ਭੂੰਗਾ ਹਾਜੀਪੁਰ ਤਲਵਾੜਾ ਹੁਸ਼ਿਆਰਪੁਰ ਦੋ ਮਹਿਲਪੁਰ ਅਤੇ ਮਕੇਰੀਆਂ ਸ਼ਹੀਰ ਭਗਤ ਸਿੰਘ ਨਗਰ ਦਾ ਸੜੋਵਾ ਤੇ ਬਲਾਚੌਰ ਰੋਪੜ ਦਾ ਰੋਪੜ ਅਨੰਤਪੁਰ ਸਾਹਿਬ ਨੂਰਪੁਰ 베ਦੀ ਸਹਿਬਯਾਦਾ ਅਜੀਤ ਸਿੰਘ ਨਗਰ ਦਾ ਮਾਜਰੀ ਇਹ ਜਿਹੜੇ 33 ਸੁਰੱਖਿਅਤ ਬਲਾਕ ਹੈ ਇਹਨਾਂ ਬਲਾਕ ਦੇ ਵਿੱਚ ਉਹ ਕਿਸਾਨ ਜਿਹੜੇ ਪਹਿਲਾਂ ਕਿਸੇ ਵੀ ਕਿਸਮ ਦੀ ਸਿੰਚਾਈ ਦੇ ਲਈ ਡੀਜ਼ਲ ਪੰਪ ਦਾ ਇਸਤੇਮਾਲ ਕਰ ਰਹੇ ਹੋਣ ਉਹ ਕਿਸਾਨ ਜਿਹੜੇ ਨਹਿਰੀ ਡਿੱਗੀਆਂ ਦੇ ਵਿੱਚੋਂ ਛੱਪੜਾਂ ਦੇ ਵਿੱਚੋਂ ਜਾਂ ਫੇ ਪੰਚਾਇਤ ਜਾਂ ਮੱਛੀ ਫਾਰਮ ਦੇ ਵਿੱਚੋਂ ਪਾਣੀ ਚੁੱਕਣ ਦੇ ਲਈ ਡੀਜ਼ਲ ਪੰਪ ਦਾ ਇਸਤੇਮਾਲ ਕਰ ਰਹੇ ਹੈ ਜਾਂ ਕਿਸੇ ਨੇ ਕੋਈ ਨਵਾਂ ਬੋਰ ਕਰਕੇ ਜਿਹੜਾ ਹੈਗਾ ਸੋਲਰ ਪੰਪ ਲਾਉਣਾ ਹੈ ਤਾਂ ਉਹ ਅਪਲਾਈ ਕਰ ਸਕਦਾ ਹੈ ਪਰੰਤੂ ਇਹ ਜਿਹੜੇ 33 ਬਲਾਕ ਹਨ ਇਹਨਾਂ 33 ਬਲਾਕ ਤੋਂ ਬਾਅਦ ਚ ਜਿਹੜਾ ਬਾਕੀ ਪੰਜਾਬ ਹੈ ਜਿਹਨੂੰ ਅਸੀਂ ਡਾਰਕ ਜ਼ੋਨ ਬਲਾਕ ਕਹਿੰਦੇ ਆ ਇਹਦੇ ਲਈ ਖਾਸ ਹਦਾਇਤ ਹੈ ਕਿ ਕੇਵਲ ਓਕਸਾਨੀ ਅਪਲਾਈ ਕਰ ਸਕਦੇ ਐ ਜਿਹੜੇ ਖੇਤ ਦੇ ਵਿੱਚ ਕੋਈ ਡ੍ਰਿਪ ਇਰੀਗੇਸ਼ਨ ਜਾਂ ਫਾਰਮਾ ਸਿਸਟਮ ਜਾਂ ਮਾਈਕਰੋ ਇਰੀਗੇਸ਼ਨ ਸਿਸਟਮ ਲੱਗਿਆ ਹੈ ਤੇ ਉਹਨੂੰ ਚਲਾਉਣ ਵਾਸਤੇ ਪਹਿਲਾਂ ਕਿਸਾਨ ਡੀਜ਼ਲ ਪੰਪ ਦੀ ਵਰਤੋਂ ਕਰਿਆ ਜਾਂ ਓਕਸਾਨ ਜਿਹੜੇ ਕੋਈ ਨਹਿਰੀ ਪਾਣੀ ਦਾ ਡਿੱਗੀਆਂ 'ਚ ਇਕੱਠਾ ਕਰਕੇ ਉਹਨੂੰ ਚੱਕਦੇ ਆ ਜਾਂ ਕੋਈ ਛੱਪੜ ਦਾ ਪਾਣੀ ਚੱਕਦੀ ਹੈ ਪੰਚਾਇਤ ਜਾਂ ਕੋਈ ਮੱਛੀ ਫੜਨ ਦਾ ਪਾਣੀ ਚੱਕ ਕੇ ਖੇਤਾਂ ਨੂੰ ਲਾਉਣਾ ਹੈ ਤੇ ਉਹਦੇ ਲਈ ਪਹਿਲਾਂ ਉਹ ਡੀਜ਼ਲ ਪੰਪ ਵਰਤਦੇ ਆ ਜਾਂ ਵਰਤਣਾ ਚਾਹੁੰਦੇ ਆ ਤਾਂ ਉਹ ਵਿਅਕਤੀ ਜਿਹੜੇ ਹੈਗੇ ਆ ਸੋਲਰ ਪੰਪ ਉੱਤੇ ਵਰਤ ਸਕਦੇ ਆ ਧਿਆਨ ਰੱਖੇ ਕਿ ਜਿਹੜੇ ਪਰਿਵਾਰਕ ਮੈਂਬਰ ਦੇ ਨਾਂ ਤੇ ਪੀਐਸਪੀਸੀਐਲ ਦਾ ਕਨੈਕਸ਼ਨ ਪਹਿਲਾਂ ਹੈਗਾ ਉਹ ਇਸ ਕਨੈਕਟ ਸਕੀਮ ਦੇ ਲਈ ਅਪਲਾਈ ਨਹੀਂ ਕਰ ਸਕਦੇ ਠੀਕ ਹੁਣ ਅਗਲੀ ਗੱਲ ਆ ਜਿਹੜਾ ਪੇਪਰ ਮੈਂ ਦੇਖ ਰਿਹਾ ਇਸ ਸਮੇਂ ਕਿਉਂਕਿ ਅਸਲਚ ਕੀ ਹੈ ਕਿ ਪੰਜਾਬ ਸਰਕਾਰ ਦੀਆਂ ਨਵੀਆਂ ਗਾਈਡਲਾਈਨ ਹਨ ਇਹਦੇ ਬਾਰੇ ਮੈਨੂੰ ਕਿਤੇ ਕੁਝ ਲੱਭਿਆ ਨਹੀਂ ਤਾਂ ਜੋ ਪੁਰਾਣੀਆਂ ਗਾਈਡਲਾਈਨ ਮੈਂ ਉਹੀ ਦਿਖਾ ਰਿਹਾ ਹਾਂ ਆਪਣਾ ਜੋ ਚੈਨਲ ਹੈ ਮੇਰੀ ਖੇਤੀ ਮੇਰਾ ਕਿਸਾਨ ਉਹਦੇ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਲਿੰਕ ਦੇ ਵਿੱਚ ਆ ਸਾਰਾ ਫਾਰਮ ਦੇਣ ਲੱਗਿਆ ਇਹਦੇ ਲਗਭਗ ਤੁਸੀਂ ਦੇਖੋ ਕਿ ਪੇਜ ਕਾਫੀ ਹੈ ਤਾਂ 30 ਪੇਜ ਹੈ ਤਾਂ ਇਹਦੇ ਵਿੱਚ ਇੱਕ ਇੱਕ ਚੀਜ਼ ਹੈ ਕਿਹੜਾ ਕਿਹੜਾ ਫਾਰਮ ਲੱਗਣਾ ਹੈ ਉਸ ਫਾਰਮ ਦਾ ਫਾਰਮੈਟ ਕੀ ਹੈਗਾ ਹੈ ਕਿੱਥੋਂ-ਕਿੱਥੋਂ ਕੀ-ਕੀ ਸਰਟੀਫਿਕੇਟ ਲੈਣਾ ਹੈ ਪਟਵਾਰੀ ਦਾ ਸਰਟੀਫਿਕੇਟ ਜੋ ਕੁਛ ਹੈਗਾ ਇੱਕ-ਇੱਕ ਸਰਟੀਫਿਕੇਟ ਦਾ ਵੇਰਵਾ ਇਹ ਆਪਣਾ YouTube ਚੈਨਲ ਮੇਰੀ ਖੇਤੀ ਮੇਰਾ ਕਿਸਾਨ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਇਹੇ ਮਿਲ ਜੀਗਾ ਠੀਕ ਹੈ ਇਹਨੂੰ ਇੱਥੋਂ ਡਾਊਨਲੋਡ ਕਰਕੇ ਤੁਸੀਂ ਇਹਨੂੰ ਕਰ ਸਕਦੇ ਹੋ ਤੇ ਜਦੋਂ ਤੁਹਾਡੇ ਸਾਰੇ ਡਾਕੂਮੈਂਟ ਤਿਆਰ ਹੋ ਗਏ ਤਾਂ ਤੁਸੀਂ ਫਿਰ ਕਿੱਥੇ ਅਪਲਾਈ ਕਰਨਾ ਤੁਸੀਂ ਆਨਲਾਈਨ ਜਾਣਾ ਜਰ ਇੱਕ ਨਾ ਆਨਲਾਈਨ 'ਚ ਮੜਾ ਧਿਆਨ ਦਿਓ ਬੜੀ ਹੀ ਠੱਗੀ ਹੈ ਸਾਡੇ ਕੀ ਕਰਦੇ ਆ ਕੁਸਮ ਆਨਲਾਈਨ ਸੋਲਰ ਮੋਟਰ ਆਨਲਾਈਨ ਲਿਖ ਕੇ ਗੂਗਲ ਤੇ ਭਰ ਦਿੰਦੇ ਆ ਉੱਥੇ ਇੱਕ ਨਾ ਵਿੰਡੋ ਜੀ ਖੁੱਲ ਜਾਂਦੀ ਐ ਜਿਹੜੀ ਕੋਈ ਠੱਗ ਬੰਦਿਆਂ ਨੇ ਬਣਾ ਰੱਖੀ ਐ ਉਹ ਚ ਸਾਰੀ ਡਿਟੇਲ ਭਰਦੇ ਐ ਮੁੜ ਕੇ ਕਿਸਾਨਾਂ ਦਾ ਪੈਸਾ ਵੀ ਲੁੱਟ ਲੈਂਦੇ ਐ ਬਈ ਤੁਸੀਂ ਜੇ ਆਨਲਾਈਨ ਕਰਨਾ ਨਾ ਤਾਂ ਪੂਰੀ ਵੈਬਸਾਈਟ ਭਰਿਆ ਕਰੋ ਗੂਗਲ ਤੇ ਦੋ ਅੱਖਰ ਲਿਖ ਕੇ ਨਹੀਂ ਭੋਰਾ ਉਂਗਲਾਂ ਤੋਂ ਕੰਮ ਲੈ ਲਿਆ ਕਰੋ ਪੂਰਾ ਭਰੋ www.peda SOLARPUMPS.COM ਆ ਯਾਦ ਰੱਖੋ ਜਿਹੜਾ ਆ ਲਿਖਿਆ ਹੈਗਾ ਇਸ ਚੀਜ਼ ਦੇ ਉੱਤੇ ਲਿਖ ਕੇ ਤਾਂ ਫੇਰ ਜਿਹੜਾ ਹੈਗਾ ਅੱਗੇ ਜਿਹੜਾ ਫਾਰਮ ਨਿਕਲੇਗਾ ਉੱਥੇ ਤੁਸੀਂ ਜਾਣਾ ਇਹ ਤੁਹਾਡਾ ਇਹ ਨਿਕਲੇਗਾ ਜੀ ਜੇ ਤੁਸੀਂ ਇੱਥੇ ਜਾਓਗੇ ਤਾਂ ਇਸ ਤਰ੍ਹਾਂ ਦਾ ਹੁਣ ਤੱਕ ਜਦੋਂ ਐਪਲੀਕੇਸ਼ਨ ਲੈਣਗੇ ਉਸ ਸਮੇਂ ਤੁਸੀਂ ਜਿਹੜਾ ਹੈਗਾ ਆਪ ਦਾ ਇੱਥੇ ਰਜਿਸਟ੍ਰੇਸ਼ਨ ਕਰੋਗੇ ਤਾਂ ਰਜਿਸਟ੍ਰੇਸ਼ਨ ਕਰਕੇ ਸਾਰੀ ਡਿਟੇਲ ਆ ਜਾਏਗੀ ਜੇਕਰ ਤੁਹਾਨੂੰ ਕੋਈ ਇਸ ਦੇ ਸੰਬੰਧੀ ਦਿੱਕਤ ਹੈ ਵੈਬਸਾਈਟ ਸਬੰਧੀ ਪ੍ਰੋਬਲਮ ਹੈ ਤਾਂ ਫੋਨ ਨੰਬਰ ਦਿੱਤਾ 0172 2683382 ਜੇ ਤੁਹਾਨੂੰ ਪੈਸੇ ਸੰਬੰਧੀ ਪ੍ਰੋਬਲਮ ਤੋਂ ਉਹ ਵੀ ਇੱਥੇ ਦਿੱਤਾ ਹੈ ਕਹਿਣ ਦਾ ਮਤਲਬ ਕਿ ਮੈਂ ਹੁਣ ਜ਼ਿਆਦਾ ਕੁਝ ਵੀਡੀਓ ਚ ਨਹੀਂ ਦੱਸ ਰਿਹਾ ਕਿਉਂਕਿ ਪਹਿਲਾਂ ਤੋਂ ਹੀ ਇਸ ਦੇ ਉੱਪਰ ਕਾਫੀ ਵੀਡੀਓ ਹੈ ਤਾਂ ਤੁਸੀਂ ਇਹੇ ਧਿਆਨ ਰੱਖਣਾ ਕਿ ਇਹ ਜਿਹੜੇ 33 ਬਲਾਕ ਹੈ ਇਹ 33 ਬਲਾਕ ਵਾਲਿਆਂ ਦੇ ਲਈ ਅਲੱਗ ਸ਼ਰਤਾਂ 33 ਬਲਾਕ ਤੋਂ ਬਾਹਰ ਵਾਲੀ ਬਾਕੀ ਅਲੱਗ ਸ਼ਰਤਾਂ ਹੈਗੀਆਂ ਇਹ ਜਿਹੜੀ ਇਹ ਐਡਵਰਟਾਈਜ਼ਮੈਂਟ ਹੈ ਇਹ ਵੀ ਡਿਸਕ੍ਰਿਪਸ਼ਨ ਬਾਕਸ ਦਿੱਤੀ ਹੈ ਇਹਨੂੰ ਚੰਗੇ ਤਰੀਕੇ ਨਾਲ ਤੁਸੀਂ ਤੋਂ ਪੜ ਲੈਣਾ ਤੇ 27 ਤਰੀਕ ਤੋਂ ਸ਼ੁਰੂ ਹੋ ਗਿਆ ਤੇ ਜੋ ਪੈਸੇ ਦੇਣੇ ਹਨ ਪੈਸੇ ਕਿਨੇ ਕਿਨੇ ਦੇਣੇ ਹਨ ਜਰਨਲ ਵਰਗਾਸਤੇ ਸਬਸਿਡੀ ਹੈ 60% ਤੇ ਅਨੁਸੂਚਿਤ ਜਾਤੀਾਸਤੇ 80% ਸਬਸਿਡੀ ਹੈ ਠੀਕ ਹੈ ਤਾਂ ਇਹ ਲਿਸਟ ਤੁਹਾਨੂੰ ਇੱਥੇ ਮਿਲ ਜੇਗੀ ਕਿੰਨੇ ਕਿੰਨੇ ਪੈਸੇ ਦੇਣੇ ਹਨ ਤੁਸੀਂ ਇਸ ਨੂੰ ਜਿਹੜਾ ਹੈਗਾ ਡਾਊਨਲੋਡ ਕਰ ਲੈਣਾ ਜਿਸ ਜਿਸ ਤਰ੍ਹਾਂ ਕਿ ਆਮ ਸ਼੍ਰੇਣੀ 3 HP ਦੇ ਜਿਹੜਾ ਆਪਣਾ ਪੰਪ ਹੈ ਮੋਨੋ ਬਲਾਕ ਉਹਦੇ ਲਈ 71421 ਰੁਪਏ ਦੇਵੇਗੀ ਅਨੁਸੂਚਿਤ ਜਾਤੀ 35711 5 HP ਲਈ ਆਮ ਸ਼੍ਰੇਣੀ 102512 ਅਨੁਸੂਚਿਤ ਜਾਤੀ 52256 7.5 ਲਈ ਆਮ ਸ਼੍ਰੇਣੀ 145664 ਅਨੁਸੂਚਿਤ ਜਾਤੀ 7272832 ਰੁਪਏ 10 HP ਦਾ ਮੋਨੋ ਬਲਾਕ ਵਾਸਤੇ ਆਮ ਸ਼੍ਰੇਣੀ 241256 ਰੁਪਏ ਦੇਣਗੇ ਤੇ ਅਨੁਸੂਚਿਤ ਜਾਤੀ ਦੇ 168424 ਜੇ ਤੁਸੀਂ ਸਮਰਸੀਵਲ ਲਉਣਾ ਹੈ ਤਾਂ 3 HP ਦਾ ਸਮਰਸੀਵਲ ਆਮ ਜਾਤੀ ਲਈ 72605 ਅਨੁਸੂਚਿਤ ਜਾਤੀ ਲਈ 36303 5 HP ਲਈ ਆਮ ਜਨਤਾ 103331 ਅਨੁਸੂਚਿਤ ਜਾਤੀ 52666 ਰੁਪਏ ਦੇਣਗੇ 77 ਲਈ ਆਮ ਜਨਤਾ 145000 ਜਾਂ 710 ਤੇ ਅਨੁਸੂਚਿਤ ਜਾਤੀ ਲਈ 72855 ਰੁਪਏ ਹੈ 10 ਹਰਸ ਪਾਵਰ ਲਈ ਆਮ ਜਰੈਣੀ ਲਈ 243000 ਜਾਂ 464 ਤੇ ਅਨੁਸੂਚਿਤ ਜਾਤੀ ਲਈ 170000 ਜਾਂ 609 ਰੁਪਏ ਹੈ ਤਾਂ ਇਹ ਹੈ ਠੀਕ ਹੈ ਤਾਂ ਜ਼ਿਆਦਾ ਜਾਣ ਕਰਨ ਲਈ ਇਹ ਨੰਬਰ ਦਿੱਤਾ 01722663322 ਇਸ ਤੇ ਸੰਪਰਕ ਕਰ ਲੈਣਾ ਧਿਆਨ ਇਹੇ ਰੱਖਣਾ ਕਿ ਪਿਛਲੀ ਵਾਰੀ ਬਹੁਤ ਵਿਰਾਨਾ ਠੱਗੀ ਵਜੀ ਸੀ ਠੱਗੀ ਅਸਲੀ ਵਜੀ ਸੀ ਕਿਉਂਕਿ Google ਤੇ ਸਿੱਧਾ ਹੀ ਸੋਲਰ ਪੰਪ ਕੁਸਮ ਇਸ ਤਰ੍ਹਾਂ ਦੇ ਸ਼ਬਦ ਲਿਖ ਕੇ ਖੋਜ ਕਰਦੇ ਐ ਅੱਗੇ ਇੱਕ ਵਿੰਡੋ ਜੀ ਨਿਕਲਦੀ ਐ ਉਸ ਵਿੰਡੋ ਚ ਡਿਟੇਲ ਭਰ ਦਿੰਦੇ ਐ ਉਸ ਤੋਂ ਬਾਅਦ ਉਹ ਤੁਹਾਡੇ ਤੋਂ ਪੈਸੇ ਮੰਗਦੇ ਐ ਤਾਂ ਉਹ ਸਿਸਟਮ ਗਲਤ ਐ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਡਿਟੇਲ ਦਿੱਤੀ ਹੈ ਉਹਨੂੰ ਚੰਗੇ ਤਰੀਕੇ ਨਾਲ ਡਾਊਨਲੋਡ ਕਰਕੇ ਪੜ ਲਓ ਤੁਹਾਡਾ ਉਹ ਫਾਇਦਾ ਕਰੇਗੀ ਕਰੇਗੀ ਤਾਂ ਉਮੀਦ ਕਰਦਾ ਹਾਂ ਕਿ ਜਾਣਕਾਰੀ ਲਾਹੇਵੰਦ ਸਾਬਤ ਹੋਏਗੀ ਤੇ ਜਿਹੜੇ ਕਿਸਾਨ ਵੀ ਇਹ ਸਕੀਮ ਦੇ ਫਾਇਦਾ ਲੈਣਾ ਚਾਹੁੰਦੇ ਐ ਤਾਂ ਉਹ ਐਸਕੀਮ ਦਾ ਫਾਇਦਾ ਲੈਣਗੇ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ